ਅਮਲਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਨ ਵਾਲਾ ਦੇ ਫਜ਼ਲ ਕਰਮ ਨਾਲ ਠੀਕ ਠਾਕ ਹੋ ਸੋ ਤੁਸੀਂ ਸਾਡੇ ਦੇ ਯੂਟਿਊਬ ਚੈਨਲ ਵਲੀ ਲਸ਼ਾਰੀ ਵਲਾਗ ਮੁਹੰਮਦ ਆਸਫ ਦੇ ਨਾਲ ਅੱਜ ਸਭ ਸਵੇਰੇ ਤੱਕ ਮੈਂ ਆਪਣੇ ਕਪਾਹ ਦਾ ਵਿਜ਼ਿਟ ਕਰਨਾ ਪਿਆ ਹਾਂ ਕਪਾਹ ਮੇਰੀ ਦੇਖੋ ਔਰ ਸਾਡੇ ਜਿਤਨੀ ਚੈਨਲ ਕੋ ਸਬਸਕ੍ਰਾਈਬ ਕਰ ਕੇ ਨਾ ਵੀਡੀਓ ਕੋ ਲਾਈਕ ਕਰੇ ਸੋ ਸ਼ੇਅਰ ਕਰੇ ਸੋ ਕਮੈਂਟ ਕਰੇ ਸੋ ਘੰਟੇ ਦੇ ਨਿਸ਼ਾਨ ਕੋ ਦਬਾਓ ਨਾ ਮਿਲ ਸੋ ਤਾਂ ਕਿ ਹਰ ਨਾਮ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚੀ ਦੇਖੋ ਤਾਂ ਦਿਖਾਈ ਨਾ ਪਿਆ ਕੱਪਾ ਹੋਏ ਨਹਿਰ ਦਾ ਪਾਣੀ ਥੱਲੇ ਡਾਉਣਾ ਪਏ ਪੁੱਲ ਦੋਸਤੋ ਦੇਖੋ ਬਿਰਾਵੋ ਇਹ ਸਾਡੀ ਆਪਣੀ ਕਪਾਹ ਵਰਾਇਟੀ ਹੈ ਐਸ ਐਸ ਬਸਰੀ ਕੱਲ ਬਾਰਿਸ਼ ਹੋਈ ਹੋਈ ਹੁਣ ਦੀ ਵਜ੍ਹਾ ਕਨੂੰ ਵਾਹਣੇ ਦਾ ਹਾਲੇ ਪਾਤਰ ਸ਼ਾਤਰ ਉਲਟੇ ਫੁਲਟੇ ਖਾਣੇ ਦੇਖੋ ਦੋਸਤੋ ਇਹ ਵਰਾਇਟੀ ਹੈ ਐਸ ਐਸ 32 ਇੱਕ ਏਕੜ ਹਿੰਦਾ ਲਾਦਾ ਹੋਇਆ ਹੈ ਬਿਲਕੁਲ ਸਭ ਸਵੇਰੇ ਅਜਾ ਸੂਰਜ ਹੁਣ ਨਿਕਲਦਾ ਉਹਦੇ ਦੇਖੋ ਜੋੜ ਜਾਂ ਵੀ ਮਲਹਾਰਾਂ ਜਾਣ ਹਨ ਪਿਆ ਦੋਸਤੋ ਇਹ ਦੇਖੋ ਇੱਥੋਂ ਕਿਹੜਾ ਅਲੱਗ ਸੀ ਨਾ ਪਏ ਇਹ ਹੁਣ ਇਹ ਵੇਚਦੇ ਗਏ 594 ਇਹ ਵਰਾਇਟੀ ਹੈ 594 ਦੀ ਇਹ ਕੜੇ ਹਿੰਦੀ ਫਰੂਟਿੰਗ ਵੀ ਚੈੱਕ ਕਰੋ ਟਿੰਡੇ ਵੀ ਦੇਖੋ ਦੋਸਤੋ ਟਿੰਡੇ ਬਣੇ ਹੀ ਖੜਨ ਤਕਰੀਬਨ 8-10 ਟਿੰਡੇ ਵੀ ਹਨ ਪਏ ਇੱਕ ਇੱਕ ਬੂਟੇ 'ਤੇ ਦੇਖੋ ਦੋਸਤੋ ਸੂਰਜ ਤਲੂ ਉੱਠੀ ਗਿਆ ਹੈ ਦੇਖੋ ਦੋਸਤੋ ਇਹ ਕਾਲਾ ਇਹ ਵੇਂਦਾ ਪਏ ਦੂਜਾ ਇਹ ਆਉਂਦਾ ਪਏ ਇਹ ਨਹਿਰ ਹੈ
ਨਹਿਰ ਦੇ ਵਿੱਚ ਇਵੇਂ ਖਾਲਾ ਹੈ। ਇਹ ਦੇਖੋ ਚੰਗਾ ਪਾਣੀ ਤੋਂ ਤਲੇ ਪੈਂਦੇ, ਤਲੋਂ ਪੁੱਲ ਬਣੀ ਹੋਈ ਹੈ, ਉੱਥੋਂ ਨਿਕਲਦਾ ਪਿਆ ਬਾਹਰੋਂ। ਹਾਂ ਦੋਸਤੋ, ਤੁਸੀਂ ਦੇਖੀ ਸਾਡੀ ਵੀਡੀਓ ਇਨਸ਼ਾਅੱਲਾ ਪਸੰਦ ਆਈ ਹੋਸੀ। ਆਖਿਰ ਤੁਹਾਨੂੰ ਗੁਜ਼ਾਰਿਸ਼ ਕਰਨ ਨੂੰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਸੋ, ਕਮੈਂਟ ਕਰੋ ਸੋ, ਘੰਟੀ ਦੇ ਨਿਸ਼ਾਨ ਨੂੰ ਦਬਾਉਣ ਨਾ ਭੁੱਲੋ, ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚੇ। ਖੁਦਾ ਹਾਫਿਜ਼, ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।